ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਸਾਡੀ ਪਹਿਲੀ ਜਿਹੜੀ ਮੀਟਿੰਗ ਹੋ ਰਹੀ ਹੈ, ਅਸਲੀ ਗੱਲ ਇਹ ਆ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ, ਉਹਦਾ ਧੰਨਵਾਦ ਤੁਹਾਡਾ ਕਿ ਤੁਸੀਂ ਸਾਰੇ ਆਏ ਹੋ। ਅੱਜ ਇਹ ਮੀਟਿੰਗ ਕਿਉਂ ਲਾਉਣੀ ਪਈ ਸਾਨੂੰ? ਇਸ ਕਰਕੇ ਕਿਉਂਕਿ ਸਾਰਾ ਸੰਵਿਧਾਨ ਦੇ ਖਿਲਾਫ ਹੋ ਰਿਹਾ ਸਾਰਾ ਕੁਛ, ਔਰ ਪ੍ਰਸ਼ਾਸਨ ਕਮੇਟੀ ਜੇ ਬਣਾਈ ਹੈ ਉਹਨੂੰ ਹੱਕ ਹੀ ਨਹੀਂ ਹੈ ਕੱਢਣ ਦਾ, ਉਹ ਕੱਢ ਹੀ ਨਹੀਂ ਸਕਦੀ, ਉਹ ਪ੍ਰਧਾਨ ਨੂੰ ਰਿਪੋਰਟਿੰਗ ਕਰ ਸਕਦੀ ਹੈ। ਅਤੇ ਦੂਸਰੀ ਇਹ ਹੈ ਵੀ ਜੋ ਆਪਣਾ ਹੁਣ ਤੁਹਾਡੇ ਸਾਹਮਣੇ ਆਇਆ ਰੋਜ਼ ਆਉਂਦਾ ਹੈ ਕਲੇਰ ਦਾ, ਕਿ ਉਹਨੂੰ ਸਰਸ ਬਣਾਇਆ ਜਿਹੜਾ ਆਪ ਦੋਸ਼ੀ ਸੀ, ਔਰ ਇਹ ਤੋਂ ਇਲਾਵਾ ਇਹ ਮੈਨੂੰ ਮਜਬੂਰ ਹੋ ਕੇ ਅਜੇ ਕਰਨਾ ਪੈ ਰਿਹਾ ਕਿ ਅਸੀਂ ਇਹਨੂੰ ਕਿਉਂਕਿ ਖੈਰ ਸੰਵਿਧਾਨਕ ਹੋਇਆ ਸਾਰਾ ਕੁਛ, ਇਹਨੂੰ ਕਮੇਟੀ ਨੂੰ ਭੰਗ ਕਰਦੇ ਹਾਂ, ਸੁਖਬੀਰ ਨੂੰ ਭੰਗ ਕਰਦੇ ਹਾਂ, ਔਰ ਸਾਰੀ ਭੰਗ ਕਰਕੇ ਅਸੀਂ ਨਵੀਂ ਕਮੇਟੀ ਚੁਣਾਂਗੇ ਔਰ ਸੈਸ਼ਨ ਬੁਲਾਵਾਂਗੇ, ਸੈਸ਼ਨ ਬੁਲਾ ਕੇ ਨਵੀਂ ਕਮੇਟੀ ਚੁਣਾਂਗੇ, ਅਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਹੋਏਗਾ, ਉਹ ਸਾਡੇ ਸਾਥੀਆਂ ਨਾਲ ਸਾਰਿਆਂ ਨਾਲ ਬੈਠ ਕੇ, ਅਤੇ ਜਿਹੜੀ ਮੇਰੀ ਅਸਲੀ ਸਟੇਟਮੈਂਟ ਹੈ ਉਹ ਤੁਹਾਨੂੰ ਸਾਰਿਆਂ ਨੂੰ ਚਰਨਜੀਤ ਬਰਾੜ ਭੇਜ ਦੇਗਾ, ਉਹ ਸਾਰਿਆਂ ਕੋਲ ਆ ਜਾਏਗੀ। ਹਾਂਜੀ, ਫੈਸਲਾ ਰੱਦ ਕੀਤਾ ਜੀ, ਪ੍ਰਸ਼ਾਸਨ ਕਮੇਟੀ ਦਾ ਫੈਸਲਾ ਰੱਦ ਕਰਕੇ ਅਸੀਂ ਨਵੀਂ ਕਮੇਟੀ ਚੁਣ ਰਹੇ ਹਾਂ, ਉਹੀ ਕਮੇਟੀ ਨੂੰ ਅਸੀਂ ਜਿਹੜੇ ਹੈਗਾ ਅਸੀਂ ਉਹ ਕਮੇਟੀ ਜਨਰਲ ਬੁਲਾ ਕੇ ਉਹ ਕਮੇਟੀ ਨੂੰ ਦੁਬਾਰਾ ਚੁਣਾਂਗੇ। ਦੇਖੋ ਨਹੀਂ ਨਹੀਂ ਉਹ ਤਾਂ ਸਾਰੀਆਂ ਕਮੇਟੀਆਂ ਦਾ ਭੰਗ ਕਰਕੇ ਹੋਇਆ, ਹੁਣ ਕੋਈ ਨਹੀਂ, ਉਹਨੇ ਉਹ ਤਾਂ ਵੈਸੇ ਪ੍ਰਧਾਨਗੀ ਦੇ ਲਾਇਕ ਹੀ ਨਹੀਂ ਹੋ ਰਿਹਾ, ਹੁਣ ਸਾਰੀ ਦੁਨੀਆਂ ਖਿਲਾਫ ਹੋ ਗਈ ਔਰ ਉਹ ਸਾਰੇ ਸੰਵਿਧਾਨ ਦੇ ਖਿਲਾਫ ਗੱਲ ਕਰ ਰਿਹਾ, ਇਸ ਕਰਕੇ ਉਹਨੂੰ ਉਹ ਕਿਸੇ ਕੰਮ ਹੀ ਨਹੀਂ ਰਿਹਾ, ਕੋਈ ਉਹਨੂੰ ਪਸੰਦ ਨਹੀਂ ਕਰਦਾ ਕਿਸੇ ਕਿਸਮ ਦਾ, ਉਹਦਾ ਸਾਰਾ ਕਰੈਕਟਰ ਖਰਾਬ ਹੋ ਗਿਆ। ਨਹੀਂ ਨਹੀਂ ਮੈਂ ਤਾਂ ਕਰ ਰਿਹਾ ਕਿਉਂਕਿ ਮੈਂ ਦੇਖ ਕੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਹੈ ਔਰ ਫੈਸਲੇ ਦੇ ਖਿਲਾਫ ਉਹ ਫੈਸਲਾ ਕਿਉਂਕਿ ਅਨਸੰਵਿਧਾਨਕ ਹੈ, ਇਸ ਕਰਕੇ ਮੈਂ ਕਰ ਰਿਹਾ ਕਿਉਂਕਿ ਮੇਰੀ ਮਜਬੂਰੀ, ਮੈਂ ਪਹਿਲੀ ਕਹਿ ਕੇ ਮਜਬੂਰੀ ਨੂੰ ਕਰ ਰਿਹਾ, ਇਸ ਕਰਕੇ ਉਹ ਕਰ ਨਹੀਂ ਨਹੀਂ ਉਹ ਤਾਂ ਅਜਲਾਸ ਬੁਲਾਵਾਂਗੇ ਜੀ, ਅਸੀਂ ਆਪ ਨਹੀਂ ਕਰਨਾ ਕੋਈ ਫੈਸਲਾ, ਅਸੀਂ ਅਜਲਾਸ ਬੁਲਾਉਣ ਲਈ ਮੈਂ ਅੱਜ ਕਿਹਾ ਕਿ ਅਜਲਾਸ ਬਣਾਓ ਦੁਆਰੇ, ਅਜਲਾਸ ਬਣਾ ਕੇ ਨਵਾਂ ਚੁਣੋ ਪ੍ਰਧਾਨ ਨੂੰ। ਹਾਂਜੀ ਨਹੀਂ ਉਹ ਤਾਂ ਹਾਲੇ ਤੈਅ ਸੰਗਤ ਨੇ ਕਰਨਾ, ਮੈਂ ਥੋੜਾ ਕਰਨਾ, ਉਹ ਤਾਂ ਡੈਲੀਗੇਟ ਕਰਨਗੇ। ਫੈਸਲਾ ਰੱਦ ਕਰਦੇ ਅਗਰ
ਕੱਢਣ ਦਾ ਫੈਸਲਾ ਉਹ ਰੱਦ ਕੀਤਾ ਸੀ, ਨਾ ਮੰਨਣ ਕਰ ਤਕਤ ਦੇ ਹੁਕਮ ਨਾਲ ਉਹਨੇ ਤਾਂ ਹੁਣ ਕਰ ਹੀ ਦਿੱਤਾ ਜੋ ਕਰਨਾ ਸੀ। ਹੁਣ ਕੱਲ ਸਾਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ, ਤੁਸੀਂ ਮੁੱਢਲੀ ਮੈਂਬਰਸ਼ਿਪ ਤੇ ਕਾਇਮ ਹੋ ਤੇ ਜਿਹੜੇ ਅਹੁਦੇ ਸੀ ਉਹ ਵੀ ਤੁਹਾਡੇ ਕੋਲ ਰਹਿਣਗੇ, ਕੀ ਕਹਿੰਦੇ ਹੋ? ਨਹੀਂ ਉਹ ਜਿਹੜੇ ਜਿਨ੍ਹਾਂ ਨੇ ਅੱਠ ਮੈਂਬਰ ਕੱਢੇ ਨੇ ਉਹਨਾਂ ਦੇ ਖਿਲਾਫ ਕੀਤਾ ਜਿਹੜਾ ਉਹਨੂੰ ਰੱਦ ਕੀਤਾ ਸੀ। ਉਹ ਸਾਰੇ ਪਾਰਟੀ ਚ ਕਾਇਮ ਨੇ, ਤੁਸੀਂ ਉਹ ਕਾਇਮ ਨੇ, ਉਹਨਾਂ ਨੂੰ ਕੱਢ ਨਹੀਂ ਸਕਦੇ ਹੋ। ਗੈਰ ਸੰਵਿਧਾਨਿਕ ਕਹਿੰਦਾ ਜੀ, ਉਹ ਗੈਰ ਸੰਵਿਧਾਨਿਕ ਆ, ਅਨਕੰਸਟੀਟਿਊਸ਼ਨਲ ਆ ਉਹ। ਕੋਈ ਨੋਟਿਸ ਨੀ ਦਿੱਤਾ ਉਹਨਾਂ ਨੇ, 26 June 2024 ਦੀ ਡੇਟ ਦੇ ਰਿਹਾ ਤੁਹਾਨੂੰ ਸਾਰਿਆਂ ਨੂੰ ਹਦਾਇਤ ਕੀਤੀ ਸੀ ਵੀ ਤੁਸੀਂ ਪਾਰਟੀ ਖਿਲਾਫ ਗਤੀਵਿਧੀਆਂ ਨਾ ਕਰੋ, ਡੇਟ ਦੇ ਰਿਹਾ 26 June ਲਿਖ ਕੇ ਦਿੱਤੀ ਉਹਨਾਂ ਨੇ 26 June 2024 ਨੋਟਿਸ ਨੀ ਆਇਆ ਨਾ ਕਿਸੇ ਨੂੰ, ਖ਼ਬਰ ਸੀ ਕਿਸੇ ਖ਼ਬਰ ਹੀ ਲਾਦੀ ਕੋਈ ਕਿਸੇ ਕੋਲ ਲਿਖ ਕੇ ਆਇਆ ਪਾ ਕੇ ਹਦਾਇਤ ਜਾਰੀ ਕੀਤੀ ਸੀ ਕਿਸੇ ਕਿਸੇ ਕੋਲ ਆਇਆ ਇਹ ਗੱਲ ਕਰਦਿਆਂ ਨੂੰ ਸੰਕਾ ਤੁਸੀਂ ਪਾਰਟੀ ਵਿਰੋਧੀ ਕਾਰਵਾਈ ਕੀ ਆ ਉਹ ਵੀ ਤਾਂ ਦੱਸਣ, ਆਹ ਕਾਰਵਾਈ ਮਤਲਬ ਪਾਰਟੀ ਵਿਰੋਧੀ। ਦੇਖੋ ਅਸੀਂ ਅਸੀਂ ਫੈਸਲਾ ਕੀਤਾ ਸੀ ਵੀ ਅਕਾਲੀ ਦਲ ਚ ਸੁਧਾਰ ਲੈਣ, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਸੁਧਾਰ ਲਿਆਉਣਾ, ਸ਼੍ਰੋਮਣੀ ਅਕਾਲੀ ਦਲ ਨੂੰ ਪੁਰਾਤਨ ਲੀਹਾਂ ਤੇ ਲੈ ਕੇ ਆਉਣਾ, ਸ਼੍ਰੋਮਣੀ ਅਕਾਲੀ ਦਲ ਵਿਚ ਸੰਘਰਸ਼ ਕਰਨ ਵਾਲੇ ਮੋਰਚਿਆਂ ਵਿਚ ਜਾਣ ਵਾਲੇ ਜਦੋਂ ਜਹਿਦਾਂ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਅਗਵਾਈ ਸੰਭਾਲਣਾ, ਕੀ ਇਹ ਅਨੁਸ਼ਾਸਨਹੀਣਤਾ? ਔਰ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਆਪਣੀਆਂ ਭੁੱਲਾਂ ਦੀ ਖਿਮਾ ਜਾਚਕਾਂ ਲਈ ਅਪੀਲ ਕਰਨੀ, ਕੀ ਇਹ ਅਨੁਸ਼ਾਸਨਹੀਣਤਾ? ਔਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹਨੂੰ ਦੇਸ਼ ਔਰ ਦੁਨੀਆਂ ਭਰ ਦੇ ਪੰਥ ਤੈਸ਼ੀ ਪੰਥ ਦਰਜੀਆਂ ਨੇ ਹੁੰਗਾਰਾ ਦਿੱਤਾ, ਕੱਲ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਪੁਰਾਣੇ ਲੀਡਰ ਜਥੇਦਾਰ ਮੋਹਨ ਸਿੰਘ ਤੂੜ ਉਹਨਾਂ ਦੀ ਬਰਸੀ ਸਮਾਗਮ ਚਾਰ ਦਹਾਕਿਆਂ ਬਾਅਦ ਮਤਲਬ ਹੋਇਆ, ਔਰ ਉਹਦੇ ਚ ਆਮ ਲੋਕ ਆਏ, ਆਮ ਪੰਥ ਤੈਸੀ ਪੰਥ ਦਰਦੀ ਆਏ, ਔਰ ਇੱਕ ਕਿਸਮ ਦਾ ਇੱਕ ਪੰਥਕ ਵਿਚਾਰ ਮੰਚ ਬਣਿਆ। ਤੇ ਜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਇਹ ਕਦਮ ਪੁੱਟਿਆ, ਕੀ ਇਹ ਅਨੁਸ਼ਾਸਨਹੀਣਤਾ? ਮੈਂ ਲਿਖ ਕੇ ਭੇਜੂਗਾ ਜੀ। ਮਤਲਬ ਇੱਕ ਗੱਲ ਹੋਰ ਆ ਇਹ ਨਾ ਜੀ, ਜਿਹੜੇ ਘਬਰਾਹਟ ਤੇ ਮੈਂ ਤਾਂ ਕਹਿੰਦਾ ਬੁਖਲਾਹਟ ਤੇ ਕਹਿੰਦਾ ਜਾਂ ਹੁਣ ਪੋਚਾ ਪੋਚੀ ਪਰਦਾ ਪਾਉਣ ਵਾਸਤੇ ਇੱਕ ਨਾਕਾਮ ਯਤਨ ਕੀਤਾ, ਜਿਹੜਾ ਮੀਡੀਆ ਦੇ ਵਿਚ ਪ੍ਰੈਸ ਦੇ ਵਿਚ ਦੁਨੀਆਂ ਭਰ ਦੇ ਵਿਚ ਚਰਚਾ ਚੱਲ ਗਈ ਵੀ ਬੇਅਦਬੀਆਂ ਦਾ ਇੱਕ ਦੋਸ਼ੀ ਬੰਦਾ ਹੋਵੇ ਉਹਨੂੰ ਮਤਲਬ ਵਿਚੋਲਗੀ ਲਈ ਚਿੱਠੀਆਂ ਆਦਾਨ ਪ੍ਰਦਾਨ ਕਰਨ ਲਈ ਇੱਕ ਐਸੇ ਵਿਅਕਤੀ ਦੇ ਨਾਲ ਗੱਲਬਾਤ ਕਰਨ ਲਈ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੇਕਿਆ ਹੋਵੇ, ਉਹਦੇ ਨਾਲ ਰਾਬਤਾ ਕਾਇਮ ਕਰਨ ਲਈ ਉਹਨੂੰ ਵਰਤਿਆ ਹੋਵੇ, ਮਤਲਬ ਇਹ ਤੋਂ ਵੱਡੀ ਮਤਲਬ ਕੀ ਹੈਰਾਨੀ ਤੇ ਦੁਖਦਾਈ ਗੱਲ ਕੀ ਹੋ ਸਕਦੀ ਆ? ਇਹ ਤਾਂ ਅਨੁਸ਼ਾਸਨਹੀਣਤਾ ਨਹੀਂ ਹੈ। ਉਹ ਤਾਂ ਬਹੁਤ ਕੁਛ ਗੱਲਾਂ ਕਰਦਾ ਜੀ, ਅਸੀਂ ਕਹੀਏ ਜੀ ਵੀ ਤੁਸੀਂ ਬਾਬਾ ਰਾਮ ਰਹੀਮ ਨੂੰ ਉੱਪਰ ਲਾ ਲਓ, ਗੱਲ ਤੇ ਕੋਈ ਹੈ ਨਾ ਜੀ, ਜੇ ਉਹ ਕਹਿ ਰਿਹਾ ਆ ਤੇ ਸਾਡੇ ਵੱਲੋਂ ਇਹ ਤੁਸੀਂ ਰਾਮ ਰਹੀਮ ਨੂੰ ਮੰਨ ਲਓ, ਨਾਲੇ ਰਾਤ ਨੂੰ ਮਿਲਦੀ ਥਾਂ ਦਿਨ ਚ ਮਿਲਿਆ ਕਰੋ। ਵੈਸੇ ਕਹਿ ਰਹੇ ਨਾ, ਵੈਸੇ ਕਹਿ ਰਹੇ
ਇੱਕ ਮੇਰੇ ਵੱਲੋਂ ਚਿੱਠੀ ਲਿਖ ਦਿਓ। ਅੱਛਾ ਇੱਕ ਜਨਰਲ ਗੱਲ ਹੈ, ਸ਼੍ਰੋਮਣੀ ਅਕਾਲੀ ਦਲ ਤੋਂ ਜੇ ਗਲਤੀਆਂ ਹੋ ਗਈਆਂ, ਬੇਅਦਬੀਆਂ ਹੋ ਗਈਆਂ, ਚਲੋ ਮਾੜਾ ਟਾਈਮ ਉਹਨਾਂ ਤੇ ਆ ਗਿਆ, ਤੁਸੀਂ ਸਾਰਿਆਂ ਨੇ ਸਿਰ ਤੇ ਵਜ਼ੀਰੀਆਂ ਮਾਰੀਆਂ, ਤਾਕਤਾਂ ਮਾਰੀਆਂ, ਸਿਆਸੀ ਸੁੱਖ ਲਿਆ, ਹੁਣ ਮਾੜੇ ਟਾਈਮ 'ਚ ਨਾਲ ਖੜਨ ਦੀ ਬਜਾਏ ਤੁਸੀਂ ਵੀ ਕਹਿ ਰਹੇ ਜਾਓ ਜੇ ਖੱਡੇ 'ਚ ਗਿਰ ਰਹੇ ਹੋ ਫਿਰ ਤਾਂ ਮੇਰੀ ਗੱਲ ਸੁਣੋ, ਅਸੀਂ ਤਾਂ ਆਪਣੀਆਂ ਕੁਰਬਾਨੀਆਂ ਤੋਂ ਨਾਲ ਤਾਂ ਖੜੋ, ਤੁਹਾਡੇ ਕਿਸਮ ਦੀ ਮਾਂ ਪਾਕੀ ਨਹੀਂ, ਅਸੀਂ ਤਾਂ ਕੁਰਬਾਨੀਆਂ ਕੀਤੀਆਂ। ਮੇਰੀ ਆਹ ਗੱਲ ਢੀਂਡਸਾ ਸਾਹਿਬ ਕਰਨ ਲੱਗਿਆ, ਮੇਰੀ ਗੱਲ ਸੁਣੋ, ਅਸੀਂ ਜੇਲਾਂ ਚ ਗਿਆ, ਅਸੀਂ ਬਹੁਤ ਵੱਡੀਆਂ ਹਰੇਕ ਮੋਰਚੇ ਚ ਗਿਆ, ਹਰੇਕ ਲੜਾਈ ਲੜੀ ਹੈ, ਤੇ ਲੇਕਿਨ ਸੁਖਬੀਰ ਮੈਨੂੰ ਇੱਕ ਦੱਸਦਾ ਇੱਕ ਦਿਨ ਜੇਲ ਚ ਗਿਆ ਹੋਵੇ, ਇੱਕ ਦਿਨ ਲੜਾਈ ਲੜੀ ਹੋਵੇ, ਉਹ ਪ੍ਰਧਾਨ ਬਣਿਆ ਫਿਰਦਾ ਜੀ। ਇਸ ਕਰਕੇ ਨਹੀਂ, ਇਸ ਕਰਕੇ ਤੁਸੀਂ ਉਹ ਸਾਨੂੰ ਤਾਂ ਕਹਿੰਦੇ ਵਜ਼ੀਰੀਆਂ ਮਾਣੀਆਂ, ਲੇਕਿਨ ਉਹਨੇ ਲੋਕ ਨੇ ਉਹਨਾਂ ਨੇ ਜਿਹਨਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਉਹ ਅੱਜ ਪ੍ਰਧਾਨ ਬਣੇ ਬੈਠੇ। ਅਸੀਂ ਜਿਹੜੀ ਪ੍ਰਤੀਨਿਧੀ ਬਣਾਈ ਆ ਨਾ, ਉਹ ਸੁਧਾਰ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਵਿੱਚ ਸੁਧਾਰ ਲਿਆਉਣ ਲਈ, ਵੀ ਜਿਸ ਤਰ੍ਹਾਂ ਦਾ ਲੋਕ ਅਕਾਲੀ ਦਲ ਤੇ ਆਸ ਕਰਦੇ ਨੇ, ਤਵੱਕੋ ਕਰਦੇ ਆ, ਅਕਾਲੀ ਕਿਹੋ ਜਿਹੇ ਹੋਣੇ ਚਾਹੀਦੇ ਆ, ਉਹਨਾਂ ਦਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ, ਉਹਨਾਂ ਦਾ ਚਾਲ ਚੱਲਣ ਕਿਹੋ ਜਿਹਾ ਹੋਣਾ ਚਾਹੀਦਾ, ਉਹਨਾਂ ਦੇ ਕੰਮ ਕਾਜ ਕੀ ਹੋਣੇ ਚਾਹੀਦੇ ਆ, ਉਸ ਤਰ੍ਹਾਂ ਦਾ ਅਸੀਂ ਅਕਾਲੀ ਦਲ ਬਣਾਉਣਾ ਚਾਹੁੰਦੇ ਹਾਂ। ਅੱਜ ਅਕਾਲੀ ਦਲ ਦੋ ਹਿੱਸਿਆਂ 'ਚ ਵੰਡਿਆ ਗਿਆ, ਇੱਕ ਉਹ ਨੇ ਜਿਹੜੇ ਜੇਲ੍ਹਾਂ 'ਚੋਂ ਨਿਕਲ ਕੇ ਆਏ ਜਿਵੇਂ ਢੀਂਡਸਾ ਸਾਹਿਬ ਨੇ ਕਿਹਾ, ਜਿਹੜੇ ਸੰਘਰਸ਼ਾਂ 'ਚੋਂ ਆਏ, ਜਦੋਂ ਜਹਿਦਾਂ 'ਚ ਆਏ, ਤਸ਼ੱਦਦ ਸਹਿ ਕੇ ਆਏ, ਡਾਂਗਾਂ ਸਿਰ ਪੜਾ ਕੇ ਆਏ, ਇੱਕ ਉਹ ਨੇ ਜਿਹੜੇ ਕਾਰਾਂ 'ਚੋਂ ਨਿਕਲ ਕੇ ਆਏ, ਤੇ ਕਾਰਾਂ ਤੇ ਏਸੀ ਗੱਡੀਆਂ 'ਚੋਂ ਨਿਕਲਣ ਵਾਲੇ ਅਕਾਲੀ ਜਿਹੜੇ ਨੇ ਉਹ ਲਾਭੇ ਦੇਣ ਸਾਨੂੰ ਵੀ ਇਹ ਵਜ਼ੀਰੀਆਂ ਦਾ ਆਨੰਦ ਮਾਣਦੇ ਰਹੇ, ਇਹ ਤਾਂ ਫਿਰ ਹੈਰਾਨੀ ਵਾਲੀ ਗੱਲ ਹੋਏਗੀ ਨਾ। ਹੈਰਾਨੀ ਗੱਲ ਦਾ ਉਹ ਗੱਲ ਹੋਣਾ ਚਾਹੀਦਾ ਵੀ ਜਿਹੜੇ ਰੇਤ ਮਾਫੀਆ, ਕੇਬਲ ਮਾਫੀਆ, ਨਸ਼ੇ, ਉਹਨਾਂ ਨਾਲ ਵਜ਼ੀਰੀਆਂ ਜਿਹੜੇ ਮਾਣਗੇ, ਹੈਰਾਨੀ ਤਾਂ ਉਹਦੀ ਹੋਣੀ ਚਾਹੀਦੀ ਆ, ਜਿਹੜੇ ਜੇਲ੍ਹਾਂ ਕੱਟ ਕੇ ਸੰਘਰਸ਼ ਕਰਕੇ ਵਜ਼ੀਰ ਬਣਿਆ ਉਹਨਾਂ ਦੀ ਹੈਰਾਨੀ ਹੋਣੀ ਹੈ। ਅਸੀਂ ਇਸੇ ਅਕਾਲੀ ਦਲ ਨੂੰ ਅਕਾਲੀ ਲੀਹਾਂ ਤੇ ਲੈ ਕੇ ਆਵਾਂਗੇ, ਅਸੀਂ ਤਾਂ ਅਸੀਂ ਅੱਡ ਹੋਏ ਆ ਸਾਰੇ ਬਈ, ਅਸੀਂ ਅੱਡ ਨੀ, ਮਤਲਬ ਅਸੀਂ ਇਹਨੂੰ ਸੁਧਾਰ ਲਿਆਉਣ ਲਈ ਕੀਤਾ, ਸੁਧਾਰ ਅਕਾਲੀ ਦਲ ਕਿਹੜੀ ਸਾਡਾ ਜਿਹੜਾ ਕਈ ਦਿਨਾਂ ਦਾ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ, ਜਿਹੜਾ ਡੇਰੀ ਰਾਮ ਰਹੀਮ ਦਾ ਸਿਆਸੀ ਸੀਗਾ ਆਪਣੇ ਪੈਰੋਕਾਰ, ਉਹਨੇ ਬਹੁਤ ਸਨਸਨੀ ਖੇਜ਼ ਬੜੇ ਗੰਭੀਰ ਉਹਨੇ ਇਲਜ਼ਾਮ ਲਾਏ ਸਰਦਾਰ ਸੁਖਬੀਰ ਸਿੰਘ ਬਾਦਲ 'ਤੇ। ਹੁਣ ਇਹਨੂੰ ਚਾਹੇ ਗਰੇਵਾਲ ਸਾਹਿਬ, ਚਲੋ ਆਪਣੇ ਹੈਗੇ ਐੱਸ ਜੀ ਪੀ ਸੀ ਦੇ ਪੁਰਾਣੇ ਫੈਡਰੇਸ਼ਨ ਦੇ ਲੀਡਰ ਆ, ਇਹਨੂੰ ਇੱਦਾਂ ਹਾਸੇ 'ਚ ਨਹੀਂ ਲੈ ਕੇ ਜਾਣਾ ਚਾਹੀਦਾ ਇਸ ਗੱਲ ਨੂੰ, ਜਿਹਨੂੰ ਕਿਹਾ ਚੰਦੂ ਮਾਜਰਾ ਜੀ ਨੇ ਵੀ ਇੱਕ ਜਿਹੜਾ ਬੰਦਾ ਗੁਨਾਹਗਾਰ ਆ, ਪਹਿਲਾਂ ਹੀ ਪਾਪੀ ਆ ਉਹ, ਤੁਸੀਂ ਉਹਨੂੰ ਉਹਦੀ ਵਿਚੋਲਗੀ ਨੂੰ ਆਪਣੇ ਯੂਜ਼ ਕਰ ਰਹੇ ਹੋ, ਉਹ ਤੁਹਾਡੇ ਸੁੱਖ ਸੁਨੇਹ ਦੇ ਰਿਹਾ, ਚਿੱਠੀਆਂ ਆਪਣੇ ਪਾਸਨ ਕਰ ਰਿਹਾ, ਜਿਹੜਾ ਡੇਰਿਆ ਸਾਧ ਹੈ ਉਹਨੂੰ, ਅਤੇ ਤੁਸੀਂ ਹੋਰ ਵੀ ਜਿਹੜੇ ਚਾਹੇ ਉਹ ਹਰਸ਼ ਬਰੇਟਾ ਆ ਜਾਂ ਦੂਸਰਾ ਮੁੰਡਾ ਧੂਰੀ ਵਾਲਾ ਆ, ਉਹ ਵੀ ਤੁਹਾਡੇ ਕੋਲ ਆਉਂਦਾ ਜਾਂਦਾ ਆ, ਤੁਹਾਨੂੰ ਸਾਰਾ ਕੁਛ ਪਤਾ ਆ ਵੀ ਉਹ ਡੇਰਾ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਕੀ ਸੋਚ ਰੱਖਦਾ ਆ ਅਤੇ ਡੇਰੇ ਨੇ ਕੀਤਾ ਕੀ ਆ। ਇਹ ਅਕਾਲੀ ਦਲ ਦੇ ਪ੍ਰਧਾਨ ਨੂੰ ਪਤਾ ਹੋਣ ਦੇ ਬਾਵਜੂਦ ਫਿਰ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਇੱਕ ਜਿਹੜਾ ਹੁਕਮਨਾਮਾ ਉਹ ਵੀ ਆਪਣੇ ਆ ਗਿਆ, ਸਾਰੇ ਸਿੱਖ ਜਗਤ ਨੂੰ ਆਪਣੇ ਸੁਣ ਲਿਆ, ਉਹਨਾਂ ਨੇ ਮੰਨ ਲਿਆ ਅਤੇ ਫਿਰ ਅਕਾਲੀ ਦਲ ਦਾ ਪ੍ਰਧਾਨ ਉਸ ਹੁਕਮਨਾਮੇ ਦੀ ਪਰਵਾਹ ਹੀ ਨਾ ਕਰੇ। ਅਤੇ ਤੁਸੀਂ ਕਹਿੰਦੇ ਵੀ ਕਲੇਰ 20 ਵਾਰੀ ਪਾਪੀ ਹੋਊਗਾ, ਦੁਖੀ ਹੋਊਗਾ, ਚਾਹੇ ਉਹ ਫਾਂਸੀ ਚੜ ਜਾਵੇ, ਠੀਕ ਹੈ, ਜਿਹਨੇ ਗੁਰੂ ਗ੍ਰੰਥ ਸਾਹਿਬ ਨਾਲ ਬੇਦਬੀ ਕੀਤੀ, ਅਜ਼ਮਤ ਨੂੰ ਢਾਹਦਾ ਹੀ ਆ, ਸਾਨੂੰ ਉਸਦਾ ਕੋਈ ਮਤਲਬ ਨਹੀਂ ਗਾ। ਪਰ ਅਸੀਂ ਇਹ ਕਹਿੰਦੇ ਵੀ ਜੇ ਕੋਈ ਬੰਦਾ ਚਸ਼ਮਦੀਦ ਗਵਾਹ ਮੂਹਰੇ ਆਇਆ ਤੇ ਤੁਸੀਂ ਉਹਨੂੰ ਕਿਵੇਂ ਉਹਨੂੰ ਆਪਣੇ ਅੱਖੋਂ ਪਰੋਖੇ ਕਰ ਦਿਓਗੇ, ਕਿਵੇਂ ਤੁਸੀਂ ਉਹਨੂੰ ਪਾਸੇ ਕਰ ਦਿਓਗੇ? ਇਹ ਚਲੋ ਕੋਈ ਸਧਾਰਨ ਸਿੱਖ ਵੀ ਨਹੀਂ ਕਰ ਸਕਦਾ, ਪਰ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਨੇ ਕੀਤਾ ਉਹ ਸਿੱਖਾਂ ਦੇ ਮਨਾਂ 'ਚ ਬਹੁਤ ਰੋਸ ਆ। ਸਿੱਖਾਂ ਦੇ ਜਿਹੜੇ ਨਾ ਹਿਰਦੇ ਆ ਅੱਜ ਬਲੁੰਦੇ ਗਏ ਆ, ਅਤੇ ਫਿਰ ਅੱਜ ਸਿੱਖ ਆਪਣੇ ਆਪ ਨੂੰ ਕੋਸ ਰਹੇ ਨੇ ਕਿ ਅਸੀਂ ਇਸ ਪ੍ਰਧਾਨ ਦੇ ਹੇਠ ਅਸੀਂ ਅਕਾਲੀ ਦਲ ਵਿੱਚ ਸੇਵਾ ਕੀਤੀ, ਤੁਹਾਨੂੰ ਵੀ ਆਉਂਦੇ ਹੋਣਗੇ, ਸਾਨੂੰ ਬੜੇ ਦੇਸ਼ ਵਿਦੇਸ਼ਾਂ 'ਚ ਫੋਨ ਆਉਂਦੇ ਆ ਵੀ ਆਹ ਅਕਾਲੀ ਦਲ ਦਾ ਹਾਲ ਆ ਬਣ ਗਿਆ। ਸੋ ਇਸ ਕਰਕੇ ਇਹ ਤਾਂ ਗੁਰੂ ਸਾਹਿਬ ਦੀ ਆਪਣੀ ਹੀ ਮਾਰ ਪਈ ਆ, ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਪਾਪ ਕੀਤੇ ਨੇ ਉਹਨਾਂ ਦੀ ਕਲਾ ਵਰਤੀ ਆ ਗੁਰੂ ਸਾਹਿਬ ਦੀ। ਇਹ ਸਾਰਾ ਸਿੱਖ ਜਗਤ ਇਸ ਗੱਲ ਨੂੰ ਮੰਨਦਾ ਆ ਵੀ ਅਕਾਲੀ ਦਲ ਕਿਉਂ ਥੱਲੇ ਤੋਂ ਥੱਲੇ ਆਉਂਦਾ ਰਿਹਾ, ਐਡੀ ਪੁਰਾਣੀ ਪਾਰਟੀ ਲੋਕ ਇਹਨੂੰ ਪਿਆਰ ਕਰਦੇ ਆ, ਸਾਨੂੰ ਬੜੀ ਆਸ ਸੀਗੀ ਵੀ ਚਲੋ ਹੌਲੀ ਹੌਲੀ ਸਮੇਂ ਨਾਲ ਅਸੀਂ ਆਪਣੇ ਉੱਠ ਜਾਵਾਂਗੇ। ਅਸੀਂ ਕਹਿੰਦੇ ਰਹੇ ਅਕਾਲ ਤਖ਼ਤ ਸਾਹਿਬ 'ਤੇ ਜਾਓ, ਹੁਣ ਅਕਾਲ ਤਖ਼ਤ ਸਾਹਿਬ 'ਤੇ ਕਿਉਂ ਗਏ ਕਰਕੇ ਅਸੀਂ ਬੇਨਤੀ ਕਰਕੇ ਆਏ ਜਥੇਦਾਰ ਸਾਹਿਬ ਨੂੰ। ਇਹ ਪਹਿਲਾਂ ਜਾਣਾ ਚਾਹੀਦਾ ਸੀ ਇਹਨਾਂ ਨੂੰ, ਨਹੀਂ ਜੇ ਨਹੀਂ ਗਏ ਦੈਟ ਮੀਨਸ ਹੁਣ ਤਾਂ ਮਜਬੂਰਨ ਗਏ ਆ, ਹਜੇ ਵੀ ਕੀ ਨਿਕਲਦਾ ਆ ਕੀ ਖੁੱਲਦਾ ਪਤਾ ਨਹੀਂ ਕਿ ਉਹ ਮੰਨਦੇ ਕਿ ਨਹੀਂ ਮੰਨਦੇ। ਪਰ ਅਸੀਂ ਆਸ ਕਰਦੇ ਹਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ, ਸਾਰੇ ਸਿੰਘ ਸਭਾਨਾ ਤੋਂ, ਕਿ ਉਹ ਜੋ ਕੌਮ ਦੀ ਭਾਵਨਾ ਹੈ, ਜੋ ਆ ਜਿਹੜੇ ਹੋਰ ਖੁਲਾਸੇ ਹੋ ਰਹੇ ਨੇ, ਹਜੇ ਪਤਾ ਨਹੀਂ ਹੋਰ ਕਿੰਨੇ ਹੋਣੇ ਨੇ, ਉਹਨਾਂ ਦੇ ਮੁਤਾਬਕ ਜਥੇਦਾਰ ਅਕਾਲ ਤਖ਼ਤ ਸਾਹਿਬ ਜਿਹੜਾ ਫੈਸਲਾ ਲੈਣਗੇ, ਤਾਂ ਕਿ ਜਿਹੜੀ ਸੰਗਤ ਦਾ ਜਿਹੜਾ ਹਿਰਦਾ ਆ ਉਹ ਸ਼ਾਂਤ ਹੋਊਗਾ। ਅਤੇ ਇਸ ਕਰਕੇ ਜਿਹੜਾ ਢੀਂਡਸਾ ਸਾਹਿਬ ਨੇ ਤੁਹਾਨੂੰ ਸਾਰਾ ਆਪਣੀ ਜਿਹੜੀ ਫੈਸਲੇ ਦੱਸੇ ਆ ਕਿ ਗੈਰ ਸੰਵਿਧਾਨਕ ਜਿਹੜਾ ਸਾਨੂੰ ਐਕਸਪੈਲ ਕੀਤਾ ਗਿਆ, ਅਸੀਂ ਅਕਾਲੀ ਸੀਗੇ, ਅਕਾਲੀ ਹਾਂ, ਅਕਾਲੀ ਰਵਾਂਗੇ। ਇਹ ਜਿਹੜੀ ਅਕਾਲੀ ਦਲ ਆ ਪੰਥ ਦੀ ਜਮਾਤ ਆ, ਕਿਸੇ ਇੱਕ ਵਿਅਕਤੀ ਦੀ ਨਹੀਂ, ਉਹਨਾਂ ਦੀ ਸਾਰੀ ਸਿਆਸਤ ਚੱਲਦੀ ਆ ਇੱਕ ਵਿਅਕਤੀ ਦੇ ਆਲੇ ਦੁਆਲੇ, ਨਿੱਜ ਦੇ ਆਲੇ ਦੁਆਲੇ। ਅਸੀਂ ਨਿਰਸਵਾਰਥ ਆਪਣੇ ਪੋਲੀਟਿਕਸ ਕਰਨ ਆਏ ਹਾਂ, ਅਤੇ ਸਾਡਾ ਕਿਸੇ ਦਾ ਕੋਈ ਸਵਾਰਥ ਨਹੀਂ। ਅਸੀਂ ਉਹਨੂੰ ਕਿਹਾ ਸੀ ਸੁਖਬੀਰ ਸਿੰਘ ਬਾਦਲ ਨੂੰ ਤਿਆਗ ਕਰ ਦਿਓ, ਅਸੀਂ ਤਿਆਗ ਕਰਨ ਨੂੰ ਤਿਆਰ ਹਾਂ, ਸਾਡੇ ਤੋਂ ਕੌਮ ਕੋਈ ਤਿਆਗ ਮੰਗੇ ਕੁਰਬਾਨੀ ਦੇਣ ਨੂੰ ਤਿਆਰ ਹਾਂ। ਪਰ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂ ਨਹੀਂ ਤਿਆਗ ਕਰ ਰਹੇ? ਜੇ ਸਾਰਾ ਸਿੱਖ ਜਗਤ ਚਾਹੁੰਦਾ ਸੀਗਾ, ਚੁੰਦਾ ਕਮੇਟੀ ਵਿੱਚ ਇਹ ਲਿਖਿਆ ਗਿਆ, ਦਰਜ ਆ ਚੁੰਦਾ ਕਮੇਟੀ 'ਚ, ਬਹੁਤ ਕਲੀਅਰਲੀ ਮੈਸੇਜ ਗਿਆ। ਤਕਰੀਬਨ 100% ਜਿਹੜੇ ਵਰਕਰਾਂ ਨੇ ਕਿਹਾ ਕਿ ਲੀਡਰਸ਼ਿਪ ਵਿੱਚ ਤਬਦੀਲੀ ਚਾਹੀਦੀ ਆ। ਇਹ 2022 ਦੀ ਗੱਲ ਕਰਦੇ ਹਾਂ, ਹੁਣ ਤਾਂ 24 ਆ ਗਿਆ ਅਤੇ ਉਦੋਂ ਵੀ ਥੱਲੇ ਆ ਗਿਆ। ਸੋ ਜਦ ਸਾਡੀ ਗੱਲ ਮੰਨਦੇ ਨਹੀਂ, ਅਸੀਂ ਸਾਰੇ ਫੋਰਮਾਂ 'ਤੇ ਕਈ ਗੱਲ ਇਹ ਆਪਣੇ ਚੁੰਦਾ ਕਮੇਟੀ ਦੀ, ਅਕਾਲ ਤਖ਼ਤ ਸਾਹਿਬ 'ਤੇ ਜਾਣ ਦੀ, ਲੀਡਰਸ਼ਿਪ ਦੀ, ਕੋਈ ਆਪਣੇ ਕਿਸੇ ਨੂੰ ਪੁੱਛ ਲਓ। ਪਰ ਹੁਣ ਜੇ ਇਹ ਉਹਨੂੰ ਸਾਰੇ ਮਸਲਿਆਂ ਨੂੰ ਡਾਇਵਰਟ ਕਰ ਰਹੇ ਆ ਵੀ ਜਦ ਉਹਦੀ ਆਪਣੇ ਕਲੇਰ ਦੀ ਇਹ ਗੱਲ ਆ ਗਈ ਸੰਗਤ ਦੇ ਅੱਗੇ, ਤਾਂ ਇੰਨਾ ਰੋਸ ਸੀਗਾ, ਇੰਨੀ ਚਰਚਾ ਸੀ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਜਿਹੜੇ ਸੀਨੀਅਰ ਲੀਡਰਸ਼ਿਪ ਐਕਸਪੈਲ ਕਰ ਦਿਓ। ਇੱਦਾਂ ਜਿਹੜਾ ਤੁਸੀਂ ਨਾ ਲੋਕਾਂ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰੋਗੇ, ਲੋਕਾਂ ਨੇ ਭੁਲੇਖੇ 'ਚ ਨਹੀਂ ਆਉਣਾ। ਅਸੀਂ ਤਾਂ 2 ਮਹੀਨੇ ਦੇ ਤੁਰੇ ਹਾਂ, ਪਹਿਲਾਂ ਕੋਈ ਨਹੀਂ ਫੈਸਲਾ ਲਿਆ, ਇਹਦਾ ਆਪਣੇ ਬਹੁਤ ਚਿਰਾਂ ਦੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣੀ ਆ, ਅੱਜ ਤੁਸੀਂ ਕਿਉਂ ਫੈਸਲਾ ਲੈ ਰਹੇ ਹੋ? ਬੁਖਲਾਰ ਜਾ ਕੇ ਪਹਿਲੇ ਕੀਤਾ ਉਹਨਾਂ ਨੇ, ਕਰਕੇ ਉਹਦੇ ਦਬਾਅ ਪੈ ਗਿਆ। ਪਹਿਲਾਂ 2 ਪ੍ਰੈਸ ਬਰੀਫਿੰਗ ਹੋਈਆਂ ਉਹਨਾਂ ਨੇ ਕੀਤੀਆਂ, ਭੁਪਿੰਦਰ ਸਾਹਿਬ ਨੇ ਅਤੇ ਬਾਕੀ ਉਹਦੇ ਸਾਥੀਆਂ ਨੇ, ਉਦੋਂ ਤਾਂ ਕਿਸੇ ਨੂੰ ਕੱਢਿਆ ਨਹੀਂ। ਜਦੋਂ ਦੁਪਹਿਰੋਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਹੁਕਮ ਆਇਆ ਅਤੇ ਫਿਰ ਉਹਨਾਂ ਨੇ ਜਿਹੜਾ ਐਕਸਪਲਸ਼ਨ ਦੀ ਗੱਲ ਕਰਤੀ, ਜੋ ਢੀਂਡਸਾ ਸਾਹਿਬ ਨੇ ਉਹਨੂੰ ਗੈਰ ਸੰਵਿਧਾਨਕ
ਕਰਾਰ ਦਿੱਤਾ ਆ ਤੇ ਨਾਲੇ ਵੀ ਆਖਿਆ ਕਿ ਜਿਵੇਂ ਦੇ ਇਲਜ਼ਾਮ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਲੱਗੇ ਆ ਉਹ ਪ੍ਰਧਾਨਗੀ ਕਰਨ ਦੇ ਯੋਗ ਨਹੀਂ ਤੇ ਸਾਰਾ ਸਿੱਖ ਜਗਤ ਇਸ ਗੱਲ ਦੀ ਹਾਮੀ ਭਰਦਾ ਆ। ਦੋ ਸਵਾਲ ਨੇ ਮੇਰੇ, ਕੀ ਸੁਖਬੀਰ ਬਾਦਲ ਨੇ ਇਸ ਚੀਜ਼ ਨੂੰ ਆਪਣਾ ਪ੍ਰੈਸਟੀਜ ਇਸ਼ੂ ਇਕੋ ਇਸ਼ੂ ਬਣਾ ਲਿਆ? ਦੂਜਾ ਸਵਾਲ, ਜੋ ਵੀ ਅਕਾਲੀ ਦਲ ਦੀ ਅੱਜ ਹਾਲਤ ਹੈ, ਸਿਰਫ ਤੇ ਸਿਰਫ ਨਿਰੋਲ ਸੁਖਬੀਰ ਬਾਦਲ ਹੀ ਜ਼ਿੰਮੇਵਾਰ ਆ? ਇੱਕ ਬੰਦਾ ਹੀ ਸਿਰਫ ਉਹ ਪ੍ਰਧਾਨ ਜੇ ਹਟ ਜਾਏਗਾ ਤਾਂ ਪਾਰਟੀ ਮੁੜ ਕਾਇਮ ਹੋ ਜਾਏਗੀ ਪਾਰਟੀ? ਦੇਖੋ ਪ੍ਰੈਸਟੀਜ ਇਸ਼ੂ ਦਾ ਹਰ ਵਿਅਕਤੀ ਨੂੰ ਪਤਾ ਹੁੰਦਾ ਵੀ ਉਹਦਾ ਪ੍ਰੈਸਟੀਜ ਕੀ ਆ, ਉਹਦਾ ਆਪਣਾ ਉਹਨੇ ਕੀ ਫੈਸਲਾ ਲੈਣਾ ਆ। ਆਪਾਂ ਤਾਂ ਕਹਿ ਨਹੀਂ ਸਕਦੇ, ਅਸੀਂ ਤਾਂ ਉਹਨਾਂ ਨੂੰ ਆਪਣੇ ਐਸ ਏ ਬ੍ਰਦਰਲੀ ਐਡਵਾਈਸ ਦੇ ਕੇ ਆਏ ਹਾਂ, ਵਨ ਟੂ ਵਨ ਕਹਿ ਕੇ ਆਪਣੇ ਬੈਠ ਕੇ ਵੀ ਆਪਣੇ ਬਾਦਲ ਸਾਹਿਬ ਸੰਗਤ ਚਾਹੁੰਦੀ ਆ ਪ੍ਰਧਾਨਗੀ ਛੱਡ ਦਿਓ। ਨਾਲੇ ਅਸੀਂ ਨਾ ਅਸੀਂ ਆਪ ਨਹੀਂ ਕਹਿ ਰਹੇ, ਇਹ ਝੁੰਦਾ ਕਮੇਟੀ ਦੀ ਰਿਪੋਰਟ ਆ। ਝੁੰਦਾ ਕਮੇਟੀ ਜਦੋਂ ਵਾਰ ਵਾਰ ਅਕਾਲੀ ਦਲ ਹਾਰਦਾ ਗਿਆ, ਵਾਰ ਵਾਰ ਲੋਕਾਂ ਦਾ ਫਤਵਾ ਅਕਾਲੀ ਦਲ ਦੇ ਉਲਟ ਆਉਂਦਾ ਰਿਹਾ, ਜਦੋਂ 34% ਤੋਂ ਅਕਾਲੀ ਦਲ ਹੇਠਾਂ ਨੂੰ ਡਿੱਗਦਾ ਗਿਆ, ਉਦੋਂ ਝੁੰਦਾ ਕਮੇਟੀ ਬਣੀ, ਸਾਰੇ ਪੰਜਾਬ ਦਾ ਰਾਉਂਡ ਲਾਇਆ, ਸਾਰੇ ਵਰਕਰਾਂ ਦੇ ਮਨ ਦੀ ਭਾਵਨਾ ਨੂੰ ਕਲਮਬੰਦ ਕੀਤਾ ਤੇ ਉਹ ਭਾਵਨਾ ਜਿਹੜੀ ਕਲਮਬੰਦ ਹੋਈ ਆ, ਉਹ ਭਾਵਨਾ ਹੈ ਕਿ ਸਰ ਸੁਖਬੀਰ ਸਿੰਘ ਬਾਦਲ ਤਿਆਗ ਦਿਖਾਉਣ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਹੋਣ, ਤਾਂ ਹੀ ਸ਼੍ਰੋਮਣੀ ਅਕਾਲੀ ਦਲ ਮੁੜ ਕੇ ਰਵਾਈ ਹੋ ਸਕਦਾ। ਇਹ ਇਕੱਲਾ ਸਾਡਾ ਨਹੀਂ ਕਹਿਣਾ, ਇਹ ਪੰਜਾਬ ਦੇ 22 ਤੋਂ ਬਾਅਦ ਹਾਂ, ਤੇ ਇਹ ਪੰਜਾਬ ਦੇ ਲੋਕਾਂ ਦਾ ਫਤਵਾ, ਇਹ ਪੰਜਾਬ ਦੇ ਲੋਕ ਚਾਹੁੰਦੇ ਆ। ਅਸੀਂ ਤਾਂ ਸਿਰਫ ਲੋਕਾਂ ਦੀ ਗੱਲ ਸਰ ਸੁਖਬੀਰ ਸਿੰਘ ਬਾਦਲ ਨੂੰ ਮੰਨਣ ਵਾਸਤੇ ਜ਼ੋਰ ਪਾਉਂਦੇ ਰਹੇ ਵੀ ਜੇ ਪਾਰਟੀ ਤਕੜੀ ਹੋਣੀ ਆ, ਮੁੜ ਕੇ ਰਵਾਈਵ ਹੋਣੀ ਆ, ਤਾਂ ਤੁਸੀਂ ਲੋਕਾਂ ਦੀ ਗੱਲ ਮੰਨ ਲਓ, ਲੋਕਾਂ ਦੇ ਫਤਵੇ ਅੱਗੇ ਅੜੀ ਨਾ ਕਰੋ, ਲੋਕਾਂ ਦੇ ਫਤਵੇ ਦੇ ਅੱਗੇ ਜਿੱਦ ਨਾ ਕਰੋ। ਬਾਕੀ ਤੁਹਾਡੀ ਗੱਲ ਠੀਕ ਹੈ, ਜਿੱਦ ਕਰ ਰਹੇ ਨੇ, ਲੋਕਾਂ ਦੇ ਫਤਵੇ ਅੱਗੇ ਜਿੱਦ ਕਰਨਾ ਕਦੀ ਵੀ ਫਾਇਦੇ 'ਚ ਨਹੀਂ ਹੋ ਸਕਦਾ। ਦੂਜੀ ਗੱਲ, ਅਸੀਂ ਅੱਜ ਅਪੀਲ ਵੀ ਕਰਦੇ ਹਾਂ ਪੰਥ ਦਰਦੀਆਂ ਨੂੰ, ਪੰਥ ਹਤੈਸ਼ੀਆਂ ਨੂੰ, ਜਿਹੜੇ ਮਹਿਸੂਸ ਕਰਦੇ ਨੇ ਦੇਸ਼ ਔਰ ਦੁਨੀਆਂ ਭਰ ਦੇ ਵਿੱਚ, ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਸਰ ਸੁਖਬੀਰ ਸਿੰਘ ਬਾਦਲ ਦੇ ਇੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਦੇ ਜਿਹੜੇ ਸੱਚ ਜਗ ਜਾਹਰ ਹੋ ਗਏ, ਚਸਮ ਦੀ ਗਵਾਹ ਸਾਹਮਣੇ ਆ ਗਏ, ਔਰ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨਾਲ ਨੇ ਚਿੱਠੀਆਂ ਆਦਾਨ ਪ੍ਰਦਾਨ ਕੀਤੀਆਂ, ਘਰ ਵਿੱਚ ਉਹਦੇ ਨਾਲ ਮੀਟਿੰਗਾਂ ਕੀਤੀਆਂ, ਔਰ ਚਿੱਠੀਆਂ ਆਦਾਨ ਪ੍ਰਦਾਨ ਨਹੀਂ ਕੀਤੀਆਂ ਬਲਕਿ ਚਿੱਠੀਆਂ ਵਿੱਚ ਸੋਧ ਵੀ ਆਪਣੇ ਆਪ ਕੀਤੀ। ਇਸ ਲਈ ਅਸੀਂ ਪੰਥ ਦਰਦੀ ਪੰਥ ਹਤੈਸ਼ੀਆਂ ਨੂੰ ਅਪੀਲ ਕਰਦੇ ਹਾਂ, ਜਿਵੇਂ ਬਰਾੜ ਸਾਹਿਬ ਨੇ ਕਿਹਾ ਕਿ ਸਰ ਸੁਖਬੀਰ ਸਿੰਘ ਬਾਦਲ ਹੁਣ ਪਾਰਟੀ ਦੇ ਅਗਵਾਈ ਕਰਨ ਦੇ ਯੋਗ ਨਹੀਂ ਰਹੇ, ਤੇ ਉਹਨਾਂ ਨੂੰ ਲੋਕਾਂ ਨੂੰ ਵੀ ਇਹ ਗੱਲ ਜ਼ੋਰ ਦੇ ਕੇ ਅੱਗੇ ਹੋ ਕੇ ਕਹਿਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਕੋਰ ਕਮੇਟੀ ਜਦੋਂ ਅਸੀਂ 15 ਬੰਦੇ ਜਿੱਤੇ ਹਾਂ, ਉਸ ਦਿਨ ਮੈਂ ਪਹਿਲੇ ਕੋਰ ਕਮੇਟੀ ਚ ਕਿਹਾ ਸੀ ਕਿ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਆ, ਰਿਜ਼ਾਈਨ ਕਰ ਦਿਓ, ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਦਿੰਦੇ, ਲੇਕਿਨ ਇਹ ਨਹੀਂ ਮੰਨਿਆ ਔਰ ਇਹ ਉੱਠ ਕੇ ਚਲਾ ਗਿਆ। ਮੈਂ ਹੈਰਾਨ ਹਾਂ ਬਈ, ਉਦੋਂ ਹਰੇਕ ਡਿਊਟੀ ਬਣਦੀ ਹੈ ਕਿ ਪ੍ਰਧਾਨ ਜ਼ਿੰਮੇਵਾਰੀ ਲਵੇ ਕਿ ਹਾਂ ਮੈਂ ਮੇਰੀ ਪ੍ਰਧਾਨਗੀ ਥੱਲੇ, ਉਹਦੇ ਵਰਗੇ ਕੁਛ ਬੰਦੇ ਜਿਹੜੇ ਇਹਨੇ ਆਪ ਕਿਹਾ ਕਿ ਮੈਂ ਦੂਜੀ ਵਾਰੀ ਸਰਕਾਰ ਬਣਾਈ ਉਦੋਂ ਮੈਂ ਚੰਗਾ ਸੀ। ਮੈਂ ਕਿਹਾ ਠੀਕ ਹੈ, ਉਦੋਂ ਤੈਨੂੰ ਕ੍ਰੈਡਿਟ ਜਾਂਦਾ ਸੀ, ਹੁਣ ਤੈਨੂੰ ਡਿਸਕ੍ਰੈਡਿਟ ਜਾਂਦਾ। ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਰਿਜ਼ਾਈਨ ਕਰੇ, ਪਰ ਨਹੀਂ ਕੀਤਾ। ਜੇ ਉਸ ਦਿਨ ਰਿਜ਼ਾਈਨ ਕਰ ਜਾਂਦਾ ਸ਼ਾਇਦ ਆਹ ਦਿਨ ਸਾਨੂੰ ਨਾ ਦੇਖਣੇ ਪੈਂਦੇ। ਠੀਕ ਹੈ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ।
ਕਿਹੜੀ ਸਾਰੇ ਦੁਨੀਆਂ ਜਗ ਜਾਹਰ ਹੈ।